ਅੱਜ ਦਿਖਿਆ ਜੀ ਬਰਫ਼ ਇੱਥੇ, ਆਹ ਦੇਖੋ ਬਰਫ਼ ਪਈ ਹੋਈ। ਨੈਸ਼ਨਲ ਪਾਰਕ ਇਸ ਨੂੰ ਕਹਿੰਦੇ ਆ, ਨੈਸ਼ਨਲ ਪਾਰਕ। ਜਦੋਂ ਤੁਸੀਂ ਆਏ ਤੇ ਉਸ ਟਾਈਮ ਦੁੱਧ ਗਿਰਦਾ ਹੁੰਦਾ ਥੱਲੇ, ਚਿੱਟਾ ਹੋਇਆ ਮਹਿਰ ਪਾਣੀ, ਬਹੁਤ ਸਪੀਡਾਂ ਪਾਣੀ ਗਿਰ ਰਿਹਾ ਥੱਲੇ। ਹੁਣ ਅਸੀਂ ਮੇਲਾ ਦੇਖਣ ਆ ਗਏ, ਫਿਰ ਇੱਥੇ ਪੂਰਾ ਮੇਲਾ ਭਖਿਆ ਪਿਆ ਇੱਧਰ, ਚੰਡੋਲ ਵਗੈਰਾ ਸਾਰਾ। ਲਓ ਭਾਈ ਸ਼ੋਪਿੰਗ ਹੋ ਗਈ, ਪਿੱਛੇ ਉਹ ਵੀ ਘਰ ਦੇ ਵੀ ਆ ਲੈ ਕੇ ਆ ਰਹੇ ਆ, ਇੱਕੀ ਦੇ ਦੋਸਤ ਵੀ ਲੈ ਆਏ ਸਮਾਨ ਨਾ। ਯਾਰ ਵਿਊ ਦੇਖੋ ਪਿੱਛੇ ਕਿੱਦਾਂ ਨੀਲੇ ਨੀਲੇ ਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇੱਥੇ ਧਮਾਕਾ ਸੇਲ ਲੱਗੀ ਹੋਈ ਆ, ਜਿੰਨੀ ਮਰਜ਼ੀ ਸ਼ੋਪਿੰਗ ਕਰਾ ਦੀ। ਹਾਂਜੀ, ਤੈਨੂੰ ਸੇਵਾ ਦਾ ਮੌਕਾ ਦਿੱਤਾ ਜਾਂਦਾ ਅੱਜ, ਠੀਕ ਹੈ? ਚੱਕ ਲੈ ਕਾਰਡ, ਅਸੀਂ ਚੱਕ ਲੈ ਕਾਰਡ। ਹਾਂਜੀ ਬਾ ਠੀਕ, ਥੋੜ੍ਹੀ ਅਸੀਂ ਤਾਂ ਬੜ ਜਾਣ, ਅਸੀਂ ਤਾਂ ਬੜ ਜਾਣਾ। ਚਲੋ ਅੰਦਰ। ਇਹ ਕਿੱਕੀ ਦੀ ਚਾਲ ਆ ਇਹ, ਹੈ ਪੰਮੇ? ਇਹ ਕਿੱਕੀ ਦੀ ਚਾਲ ਵੀ, ਗੱਡੀ ਝੁੱਕ ਕੇ ਵੜੂੰਗੇ। ਸਿੰਘ ਕਦੇ ਝੁੱਕ ਨਹੀਂ ਵੜਦੇ, ਪਹਿਲਾਂ ਪੈਰ ਰੱਖਦੇ ਹੁੰਦੇ ਅੰਦਰ। ਅੱਛਾ, ਹਾਂ ਪਹਿਲਾਂ ਪੈਰ ਰੱਖਣਾ, ਪਿੱਛੇ ਨੂੰ ਵੜਨਾ ਫਿਰ ਆਏ। ਉਦੋਂ ਕਿਆ ਹੁੰਦਾ ਉਧਰ, ਉਹ ਮਿਲ ਜਾਣਾ ਪਿੱਛੇ ਲਾਉਣੇ ਵਾਲਾ, ਨਾਲੇ ਗੱਡੀ ਦੇ ਪਿੱਛੇ ਲਾਇਆ ਹੋਣਾ ਨਾਲ ਨਾਲ ਜਿੱਥੇ ਖੜਾ। ਆਹ ਜ਼ਿਆਦਾ ਵਧੀਆ, ਕਿਆ ਚੀਜ਼ ਆਉਂਦੀ ਸਾਹਮਣੇ ਦੇਖੋ। ਇਹ ਕੀ ਬਣਿਆ ਹੋਇਆ ਪਿੱਛੇ ਪਿੱਛੇ? ਉਹ ਸਫਾਈ ਕਰਨੇ ਵਾਲਾ ਨਹੀਂ, ਪਿੱਛੇ ਬੈਠਾ ਬੰਦਾ। ₹8 ਦਾ ਲੱਗਿਆ ਹੋਇਆ, $8 ਦਾ, $8.5 ਦਾ। ਪੰਮੇ ਉੱਨ ਵੀ ਮਿਲਦੀ ਹੈ ਇੱਥੇ ਭਾਈ, ਜੇ ਕਿਸੇ ਨੂੰ ਸਵੈਟਰ ਸਵੂਟਰ ਬਣਨਾ ਤਾਂ ਦੇਖ ਲਓ ਇੱਥੇ ਰੂਮ। ਕਿੱਡਾ ਦੇ, ਕਿੰਨੀ ਮੋਟੀ ਰੂਮ ਇੱਧਰ, ਆਹ ਇੱਧਰ ਦਾ ਕਿੰਨੀ ਮੋਟੀ ਆਹ। ਪੰਮੇ ਤੂੰ ਜਿਹੜੀ ਮੈਨੂੰ ਦੁਕਾਨ 'ਚ ਲੈ ਕੇ ਆ ਗਿਆ, ਇਹ ਸਮਾਨ ਮੇਰੇ ਮਤਵਾਲ ਦਾ ਨਹੀਂ ਹਾਣ ਦਿਆ। ਕੋਈ ਹੋਰ ਕੱਪੜਿਆਂ ਵਾਲੇ ਵਿੱਚ ਲੈ ਕੇ ਚੱਲ, ਜਿੱਥੇ ਮੇਰੇ ਮਤਵਾਲ ਦਾ ਹੋਵੇ ਸਮਾਨ ਵੇ। ਤੂੰ ਜਿਹੜੀ ਦੁਕਾਨ 'ਚ ਲੈ ਕੇ ਆ ਗਿਆ, ਸਮਾਨ ਮੇਰੇ ਮਤਵਾਲ ਦਾ ਨਹੀਂ। ਤਾਂ ਕੁਝ ਖਾਸ ਨਹੀਂ ਲੱਗਿਆ ਹੈਗਾ, ਇੱਧਰ ਦੇਖਦੇ ਹਾਂ। ਆਹ ਇਹ ਆ ਚੀਜ਼ ਡਾਇਸਨ, ਇਹ ਲੈਣਾ ਜਦੋਂ ਤੁਸੀਂ ਪੱਖਾ ਕਹਿੰਦੇ ਨਾ। ਅੱਛਾ, ਇਹ ਆ ਪੱਖਾ, ਪਿਊਰੀਫਾਈ ਕੂਲ ਵੀ ਇਹਨਾਂ ਨਾਲੇ, ਗਰਮ ਵੀ ਹੈ ਠੰਡਾ ਵੀ, ਠੰਡਾ ਵੀ ਕਰੂਗੇ। ਆ $800 ਦਾ ਬੱਲੇ ਬੱਲੇ। ਅਸੀਂ ਕੋ ਸੀਸਾ ਦੇਖ ਰਹੇ ਆ, ਇਹ ਨੇੜੇ ਤੇ ਨਾ ਫਰਾਂ ਦਿਖਾਉਂਦਾ ਬਾਲ, ਇਹ ਐਟਮ ਦਾ ਘੈਂਟ ਨਿੰਮੇ ਨਾ, ਐਟਮ ਦਾ ਘੈਂਟ ਹੈ। ਆ ਕੇ ਗੱਡੀ ਬੈਠਾ ਤੂੰ, ਹੈ ਹੈ ਖੜ ਜਾ ਦਿਖਾਉਣਾ। ਤਸਵੀਰ ਬਦਲ ਲੱਗ ਗਿਆ ਤੇਰੀ, ਚੜਾਈ ਹੈ ਬਾਈ ਦੀ ਚੜਾਈ ਹੈ ਨਾ ਉਰੇ ਵੀ ਕੰਟਰੀ ਚ, ਦੇਖ ਜਦੋਂ ਬੰਦ ਵੀ ਕਰਦੇ ਆ ਦੇਖ। ਮੇਰੇ ਇੱਕ ਚੀਜ਼ ਆ ਪਸੰਦ ਆਈ ਤੀ, ਪਰ ਜਦੋਂ ਮੈਂ ਇੰਡੀਆ ਸਰਚ ਕੀਤੀ ਤਾਂ ਇੰਡੀਆ ਸਸਤਾ, ਇੰਡੀਆ $3200 ਦਾ ਮਿਲ ਰਿਹਾ, ਇੱਥੇ $93 ਦਾ ਵੀ, ਇੱਧਰ ਡਿਸਕਾਊਂਟ ਕਰਕੇ ਪਤਾ ਨਹੀਂ ਹੁਣ ਇੰਨਾ ਮੈਨੂੰ ਪਤਾ ਨਹੀਂ ਹੈਗਾ ਇਹਦੇ ਬਾਰੇ। ਹੈ ਪੰਮੇ ਲੈ ਭਾਈ, ਬਹੁਤ ਬਹੁਤ ਵਧਾਈਆਂ ਹੁਣ ਤੈਨੂੰ ਭਾਈ, ਹੁਣ ਮਿਕਸ ਹੈ।
ਚੱਲ ਕੋਈ ਨੀ ਫਿਰ ਤੇਰੀ ਚੀਜ਼ ਬਣ ਗਈ ਤੇਰਾ ਸੰਦ ਬਣ ਗਿਆ ਤੇਰਾ ਸੰਦ ਬਣ ਗਿਆ ਸੰਦ ਬਣ ਗਿਆ ਭਾਈ $200 $200 ਰਸਤਾ ਲੱਗਿਆ 400 ਦਾ ਸੀ ਹੈ 200 ਦਾ ਆਇਆ 400 ਦਾ ਲੱਗਿਆ ਸੀ 400 ਦਾ 200 ਫਿਰ ਤਾਂ ਫਾਇਦੇ 'ਚ ਹੈ ਤੇ ਸਸਤੇ 'ਚ ਸੰਦ ਬਣ ਗਿਆ ਤੇਰਾ ਬਸ ਹੁਣ ਮੈਂ ਖੇਤਾਂ 'ਚ ਲੈ ਕੇ ਜਾਣਾ ਉੱਥੇ ਪਾਉਣਾ ਸੰਦ ਬਣਿਆ ਜਾਂਦਾ ਲੈ ਫੜ ਫੜ ਪੰਮੇ ਚਲ ਪੰਮੇ ਉਹ ਤੈਨੂੰ ਕੀ ਬਹੁਤ ਦੂਰ ਜਾਣਾ ਘੱਟੋ ਘੱਟ ਹੁਣ ਆਏ ਹਾਂ ਕੁਝ ਖਾਲੀ ਥੋੜੀ ਜਾਣਾ ਸੀ 7-8 ਘੰਟੇ ਆਪਾਂ ਨੂੰ 7-8 ਘੰਟੇ ਲੱਗ ਜਾਣੇ ਪਹੁੰਚਣ ਨੂੰ ਯਾਰ ਤੇ ਆਪਾਂ ਲੈ ਕੇ ਕਾਫੀ ਚੱਲੀਏ ਇਹ ਪਤਾ ਲੈਣ ਦਾ ਕੀ ਕਾਰਨ ਉਹ ਫਿਲਮ ਦੀ ਇੱਕ ਵੀਡੀਓ ਦੀ ਬਣੀ ਹੋਈ ਹੈਗੀ ਘਰਾਂ ਮਿਕਸੀ ਚਲਾ ਕੇ ਦਿਖਾ ਹਾਂ ਇਹ ਹੁਣ ਚਲਾ ਕੇ ਦਿਖਾਇਆ ਕਰੂਗਾ ਹੈ ਨਾ ਅਸੀਂ ਪਤਾ ਹੁਣ ਉਹਨਾਂ ਕਹਿਣਾ ਵੀ ਕਿੱਥੇ ਹੈ ਤਗੜਾ ਤੇਰੀ ਵਾਈਫ ਨੂੰ ਪੁੱਛਿਆ ਕਿੱਥੇ ਤਗੜਾ ਘਰਾਂ ਮਿਕਸੀ ਚਲਾ ਕੇ ਦਿਖਾ ਫਿਰ ਇਹਨੇ ਉਹ ਸਕਿੱਟ ਦੇਖਿਆ ਨੀ ਬੰਦਾ ਨਾਲੇ ਮਿਕਸੀ ਚ ਕੀ ਘੁੰਮੀ ਜਾਂਦਾ ਕਿੱਥੇ ਆ ਘਰਾਂ ਮਿਕਸੀ ਚਲਾ ਕੇ ਦਿਖਾ ਤੂੰ ਨਾਲੇ ਨਾਲ ਰੱਖੇ ਬਾਈ ਹੁਣੇ ਹੁਣੇ ਅਸੀਂ ਬਹੁਤ ਬੜੀ ਗੱਪ ਸੁਣੀ ਹੈ ਨਾ ਅਸੀਂ ਬਹੁਤ ਬੜੀ ਗੱਪ ਦੱਸਦੀ ਬਾਈ ਇਹਦੇ ਵਿੱਚ ਜੋ ਮਰਜ਼ੀ ਪਾ ਕੇ ਮਿਕਸੀ ਕਰ ਜਾ ਲੈ ਹੱਥ ਨਹੀਂ ਤਾਂ ਪੱਥਰ ਨੂੰ ਕਿਹਾ ਮੈਂ ਪੱਥਰ ਕਿਹਾ ਹਾਂ ਪੱਥਰ ਵੀ ਕਰ ਦੂਗਾ ਬਾਈ ਜਿਹੜੇ ਬਰੀਕ ਟੁੱਟੇ ਨਹੀਂ ਹੁੰਦੇ ਮਤਲਬ ਉਹਦੇ ਚਲੋ ਚੈੱਕ ਕਰੀ ਫਿਰ ਗਾਟੀਆਂ ਪਾਉਂਗੇ ਗਾਟੀਆਂ ਚਲੋ ਚੈੱਕ ਕਰੋ ਜੀ ਜੇ ਟੁੱਟ ਗਿਆ ਹਾਂ ਫਿਰ ਨਵਾਂ ਲੈ ਕੇ ਦੇਣਾ ਪੈਣਾ ਫਿਰ ਹਾਂ ਉਹ ਜ਼ਿੰਮੇਵਾਰੀ ਤੇਰੀ ਹੈ ਮੈਂ ਕਿਹਾ ਜੇ ਤਾਂ ਨਾ ਟੁੱਟਿਆ ਫਿਰ ਤੈਨੂੰ ਲੈ ਕੇ ਦੇਵਾਂਗੇ ਜੇ ਟੁੱਟ ਗਿਆ ਵਾਰੰਟੀ ਹੈ ਦੀ ਨਾ ਨਾ ਜਿਹੜਾ ਟੁੱਟ ਗਿਆ ਫਿਰ ਤੈਨੂੰ ਅਸੀਂ ਲੈ ਕੇ ਦੇਣਾ ਜੇ ਨਹੀਂ ਟੁੱਟਿਆ ਫਿਰ ਤੈਨੂੰ ਇੱਕ ਹੋਰ ਲੈ ਕੇ ਦੇਵਾਂਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਚਲੋ ਪਾਓ ਪੱਥਰ ਲੋ ਭਾਈ ਵੱਡੇ ਵੱਡੇ ਬੰਦੇ ਮਿਲੇ ਵੱਡੇ ਵੱਡੇ ਬੰਦੇ ਮਿਲੇ ਵੱਡੇ ਵੱਡੇ ਕਿੱਥੇ ਭਾਜੀ ਵੱਡੇ ਵੱਡੇ ਬੰਦੇ ਮਿਲੇ ਹਾਂਜੀ ਹਾਂਜੀ ਵਿੱਚੇ ਫਿਲੀਪੀਨ ਤੋਂ ਵਿੱਚੋਂ ਆਪਣੇ ਕੀ ਕਹਿੰਦੇ ਆ ਨਿਊਜ਼ੀਲੈਂਡ ਦੇ ਭਾਜੀ ਨੇ ਮੈਨੂੰ ਪਛਾਣ ਲਿਆ ਨਾ ਭਾਜੀ ਕਹਿੰਦੇ ਨੇ ਜਿਹੜੇ ਮੈਂ ਟੀ-ਸ਼ਰਟ ਪਾਈ ਸੀ ਨਾ ਕਹਿੰਦੇ ਨਿਊਜ਼ੀਲੈਂਡ ਉੱਥੇ ਦੀ ਹੈ ਫਿਲੀਪੀਨ ਬ੍ਰਾਂਡ ਉੱਥੇ ਦਾ ਨਾ ਤਾਂ ਪਛਾਣ ਲਿਆ ਬ੍ਰਾਂਡ ਪਛਾਣ ਲਿਆ ਇੱਥੇ ਨਹੀਂ ਮਿਲਦਾ ਨਾ ਹੈ ਇੱਥੇ ਨਹੀਂ ਮਿਲਦਾ ਹੈਗਾ ਲੋ ਭਾਈ ਸ਼ਾਪਿੰਗ ਹੋ ਗਈ ਪਿੱਛੇ ਉਹ ਵੀ ਘਰ ਦੇ ਵੀ ਆ ਲੈ ਕੇ ਆ ਰਹੇ ਆ ਇੱਕੀ ਦੇ ਦੋਸਤ ਵੀ ਲੈ ਆਏ ਸਮਾਨ ਨਾ ਯਾਰ ਵਿਊ ਦੇਖੋ ਪਿੱਛੇ ਕਿੱਦਾਂ ਨੀਲੇ ਨੀਲੇ ਆਸਮਾਨ ਘੈਂਟ ਲੱਗ ਰਿਹਾ ਲੈ ਵੀ ਇੱਕ ਹੋਰ ਲੈਂਦਾ ਹੋਰ ਕਿਆ ਲੈਂਦਾ ਲਓ ਚਲੋ ਭਾਈ ਇੱਕ ਹੋਰ ਪਿੱਛੇ ਲਿਆਂਦਾ ਇੰਨੀਆਂ ਚੀਜ਼ਾਂ ਲੈਂਦੇ ਪਿੱਛੇ ਲਓ ਭਾਜੀ ਹੁਣ ਬਾਹਰੇ ਆ ਗਏ ਸਾਰੀ ਫੈਮਿਲੀ ਗੈਦਰਿੰਗ ਕਰਨ ਲੱਗੇ ਨੇ ਗੱਡੀ 'ਚ ਗੁੰਡੇ ਵਾਲੀ ਫੀਲਿੰਗ ਆਉਂਦੀ ਹੈ ਨਾ ਚਲਦੀ ਚਲਦੀ ਗੱਡੀ ਦੀ ਪਾਰੀ ਵੱਟ ਸਾਡਾ ਜਾਣ ਦਾ ਟਾਈਮ ਹੋ ਗਿਆ ਅਤੇ ਭਾਜੀ ਕਹਿੰਦੇ ਅਤੇ ਅਸੀਂ ਹੋਰ ਸੇਵਾ ਮੌਕਾ ਲੁੱਟਣਾ ਚਾਹੁੰਦੇ ਹਾਂ ਅਤੇ ਮੈਂ ਕਹਿੰਦਾ ਹੋਰ ਲੁੱਟੋ ਸੇਵਾ ਜਿੰਨੀ ਲੁੱਟਣੀ ਹੈ ਚਲੋ ਭਾਈ ਬਲਾਉ ਫਤਿਹ ਫਿਰ ਕੀ ਬਲਾਉ ਫਤਿਹ ਫਿਰ ਸਾਰਿਆਂ ਨੂੰ ਚੱਲੀਏ ਇੱਧਰ ਪੰਮੇ ਦਾ ਔਖਾ ਹੁੰਦਾ
ਸਾਰੀ ਫੈਮਿਲੀ ਰਾਜਵਿੰਦਰ ਭਾਜੀ ਉਹਨਾਂ ਨੇ ਪੂਰਾ ਲੱਗਿਆ ਹੀ ਨੀ ਹੈਗਾ ਵੀ ਕੋਈ ਅਸੀਂ ਕਿਸੇ ਓਪਰੇ ਫੈਮਿਲੀ ਨੂੰ ਮਿਲਿਆ ਲੱਗਾ ਕੋਈ ਆਪਣੇ ਨੂੰ ਮਿਲੇ ਆ ਬੜੀ ਭਾਈ ਕੱਕੀ ਬਾਈ ਧੰਨਵਾਦ ਆ ਬਾਈ ਅਸੀਂ ਵੀਡੀਓ ਕਰਦੇ ਹਾਂ ਟੌਪਿਕ ਚੱਲੀ ਸੀ ਜਿਹੜੀ ਮੇਰਾ ਕਹਿੰਦਾ ਥੋੜੀ ਜਿਹੀ ਕਰਾਂ ਮੈਂ ਉਹੀ ਕਹਿੰਦਾ ਵੀ ਹੁਣ ਮੈਂ ਗੱਲ ਕਰਦੀ ਕਿਤੇ ਨਾ ਕਿਸੇ ਗੱਲ ਕਿਤੇ ਚੱਕ ਲਈ ਇੱਕ ਸਿੱਖ ਇੱਕ ਖਾਲਸਾ ਇਹ ਦੋ ਡਿਫਰੈਂਟ ਚੀਜ਼ਾਂ ਹੈ ਕਿਹੜਾ ਖਾਲਸਾ ਅਤੇ ਕਿਹੜਾ ਸਿੱਖ ਹੈ ਜਿਹੜੇ ਬੰਦੇ ਵਿਗਿਆਨੀ ਬੈਠੇ ਤਾਂ ਉਹ ਬੈਠੇ ਆ ਜ਼ਿਆਦਾ ਬੁੱਧੀਵਾਨ ਮਿੱਤੀ ਵੱਡੇ ਬੈਠੇ ਆ ਇੱਕ ਅਵਸਥਾ ਆ ਜਾਂਦੀ ਜਿੱਥੇ ਜਾ ਕੇ ਜਿਹੜਾ ਬੰਦਾ ਚੁੱਪ ਕਰ ਜਾਂਦਾ ਬਸ ਉਹ ਉੱਪਲੀ ਲੈਵਲ 'ਚ ਪਹੁੰਚ ਜਾਂਦਾ ਬਾਈ ਨਾਲ ਬੈਠ ਕੇ ਨਾ ਗੱਲਾਂ ਬਾਤਾਂ ਜਦੋਂ ਆਕਲੈਂਡ ਆਇਆ ਬਾਈ ਉਸ ਟਾਈਮ ਬੈਠ ਕੇ ਇੱਕ ਬਾਈ ਨਾਲ ਪੋਡਕਾਸਟ ਕਰਾਂ ਇੱਕ ਬਣਾਵਾਂਗੇ ਵੀਡੀਓ ਜੇ ਦੇਖਦੇ ਵੀ ਇਹਨਾਂ ਨੇ ਇੱਦਾਂ ਦੀ ਵੀਡੀਓ ਬਣਾਉਂਦੇ ਅਸੀਂ ਕੋਈ ਵਧੀਆ ਵਧੀਆ ਗੱਲਾਂ ਦੀ ਕੋਈ ਲੈ ਕੇ ਆਈਏ ਕੋਈ ਇੱਦਾਂ ਦੀ ਚੀਜ਼ ਕਈ ਵਾਰ ਹੁੰਦਾ ਨਾ ਬੰਦੇ ਸ਼ੂਗਰ ਉਸ ਤੋਂ ਗੱਲਾਂ ਬਹੁਤ ਹੁੰਦੀਆਂ ਚੱਲ ਭਾਈ ਅਸੀਂ ਜਾਣਾ ਘੱਟੋ ਘੱਟ 7-8 ਘੰਟੇ ਦੀ ਡਰਾਈਵ ਹੈ ਖੱਟੀਆਂ ਮਿੱਠੀਆਂ ਜ਼ਿਆਦਾ ਪਲਮਿਸਟਨ ਨੌਰਥ ਅਤੇ ਸਪੈਲ ਦੱਸਦਾ ਹੀ ਨਹੀਂ ਹੁੰਦਾ ਹੈਗਾ ਬਾਕੀ ਪਤਾ ਹੈਗਾ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਇਸ਼ਾਰਾ ਕਰ ਸਮਝੀ ਬੰਦੇ ਨੇ ਕਿਆ ਗੱਲ ਕਹੀ ਕੋਈ ਗੱਲਬਾਤ ਸਾਨੂੰ ਸਹੀ ਸਮਝ ਆਉਂਦੀ ਨਾ ਕਦੇ ਪੰਮੇ ਨੂੰ ਤਾਂ ਲੈ ਕੇ ਆਇਆ ਸਮਝ ਲੈਂਦਾ ਪੰਮੇ ਥੋੜਾ ਆਪਣਾ ਸਫ਼ਰ ਮਹੀਨਾ ਘੱਟ ਸੀ ਗੱਲਾਂ ਬਹੁਤ ਪੈਂਡਿੰਗ ਰਹਿ ਗਈਆਂ ਸਾਡੀਆਂ ਤੇਰੀ ਸੇਵਾ ਵਧੀਆ ਹੋਈ ਬਹੁਤ ਵਧੀਆ ਸੇਵਾ ਰਿਸ਼ਤੇਦਾਰੀ ਜਾ ਕੇ ਹਾਂ ਬਸ ਠੀਕ ਹੈ ਉਹਦੇ ਬੀਬੀ ਆਈ ਜਿਹੜੇ ਉੱਥੇ ਨਾ ਰੋਟੀ ਖਾਂਦੇ ਸਵੇਰੇ ਕਹਿੰਦੇ ਹਾਏ ਹਾਏ ਉੱਥੇ ਤੁਸੀਂ ਤਾਂ ਕਹਿੰਦੇ ਫਰਿੱਜ ਖੋਲਦੇ ਖਾ ਲੈਂਦੇ ਕਹਿੰਦੇ ਉਹ ਬੇਚਾਰੇ ਇਕੱਲੇ ਬੈਠੇ ਆ ਕਹਿੰਦੇ ਮੈਨੂੰ ਹੋਰ ਤਰ੍ਹਾਂ ਦਾ ਹੋਈ ਜਾਂਦਾ ਵੀ ਉਹਨੂੰ ਪਹਿਲਾਂ ਰੋਟੀ ਖਿਲਾਓ ਲਿਆ ਕੇ ਸੜਕ ਪਰ ਝੋਟਾ ਖੜਾ ਬਈ ਓਏ ਝੋਟਾ ਨੀ ਸਾਨ ਸਾਨ ਬਈ ਇੱਕ ਵਾਰ ਪਤਾ ਕੀ ਕਲੋਲ ਹੋਈ ਵੀਰ ਇਹਦੇ ਬਾਰੇ ਜਾਂਦੇ ਜਾਂਦੇ ਗੱਲ ਦੱਸਾਂ ਗੱਡੀ ਮਗਰ ਰੋਕੀ ਜਾਂਦੀ ਹੈ ਨਾ ਫਿਰ ਵੀ ਨਹੀਂ ਕੋਈ ਮੁੰਡਾ ਰਾਤ ਨੂੰ ਆਪਣਾ ਮਿੱਤਰ ਸੀ ਉਹਨੇ ਕ੍ਰਾਈਚਰ ਚ ਜਾਣਾ ਸਾਊਥ ਦਾ ਰਨ ਕਰਦਾ ਸੀ ਉਹ ਟਰੱਕ ਤੇ ਉਹ ਕਹਿੰਦਾ ਮੈਂ ਰਾਤੀ ਆਵਾਂ ਕਹਿੰਦਾ ਮੈਨੂੰ ਮੈਂ ਸੁਸਤੀ ਜਿਹੀ ਪਈ ਹੋਈ
ਮਤਲਬ ਟਰੱਕ ਤੇ ਜਾਵਾਂ, ਕਹਿੰਦਾ ਮੈਂ ਇੱਕੇ ਲੱਖ ਤੇ ਦੱਬ ਕੇ ਬ੍ਰੇਕਾਂ ਮਾਰੀਆਂ ਉਰੇ ਆ ਕੇ, ਮੈਂ ਉਹ ਕਿਉਂ ਕਹਿੰਦਾ ਮੈਨੂੰ ਲੱਗਿਆ ਠੱਠਾ, ਕਹਿੰਦਾ ਮੈਨੂੰ ਲੱਗ ਕੇ ਭੱਜ ਗਏ ਇਹਨੂੰ ਅੱਗੇ ਨਿਕਲਣ ਲੱਗਿਆ। ਅੱਛਾ ਕਹਿੰਦਾ ਮੈਂ ਸਾਲਾ ਬੜਾ ਸਹਿਰਾ ਹੋਇਆ ਵੀ ਇਹ ਤਾਂ ਨਕਲੀ ਹੈ, ਦੂਰ ਤੋਂ ਅਸਲੀ ਲੱਗਦਾ ਖੜਾ ਵੀ ਅਸਲੀ ਖੜਾ ਕੋਈ। ਅੱਜ ਦੇਖਿਆ ਜੀ ਬਰਫ਼ ਇੱਥੇ, ਆਹ ਦੇਖੋ ਬਰਫ਼ ਪਈ ਹੋਈ, ਨੈਸ਼ਨਲ ਪਾਰਕ ਇਸ ਨੂੰ ਕਹਿੰਦੇ ਆ, ਨੈਸ਼ਨਲ ਪਾਰਕ। ਜਦੋਂ ਅਸੀਂ ਆਏ ਤੇ ਉਸ ਟਾਈਮ ਬੱਦਲ ਵਾਈ ਸੀ, ਅੱਜ ਪੂਰੀ ਬਰਫ਼ ਦਿਖ ਰਹੀ ਹੈ ਇੱਥੇ। ਮੈਂ ਸੋਚਦਾ ਵੀ ਇੱਥੇ ਵੀ ਸ਼ਾਇਦ ਬਰਫ਼ ਪੈਂਦੀ ਹੋਊਗੀ, ਇੱਥੇ ਪੈਂਦੀ ਹੈ ਬਾਈ ਬਰਫ਼। ਟੂ ਮੱਚ ਬਿਊਟੀਫੁਲ, ਕਿੱਡੀ ਅੰਗਰੇਜ਼ੀ ਬੋਲੀ ਅੱਜ ਮੈਂ। ਸਾਡੇ ਕੋਲ ਥੋੜ੍ਹਾ ਟਾਈਮ ਹੈਗਾ ਤਾਂ ਅਸੀਂ ਰਸਤੇ 'ਚ ਖੜ੍ਹ ਕੇ ਇੱਕ ਆਰਮੀ ਦਾ ਇੱਥੇ ਮਿਊਜ਼ੀਅਮ ਉਹ ਦੇਖਣ ਆਏ ਫਿਰ, ਅਤੇ ਇੱਥੇ ਹੋਰ ਵੀ ਪੰਜਾਬੀ ਫੈਮਲੀ ਆਈਆਂ ਹੋਈਆਂ, ਅਤੇ ਚੱਲਦੇ ਜਾ ਕੇ ਦੇਖਦੇ ਅੰਦਰ ਮਿਊਜ਼ੀਅਮ ਕਿਆ ਕੁਛ ਹੈ। ਵੀ ਉੱਪਰ ਚੜ੍ਹਨ ਲੱਗ ਗਏ ਸਾਡੇ ਬੰਦੇ, ਹੁਣ ਇਹ ਨਹੀਂ ਪਤਾ ਰੋਕਣਗੇ। ਮੈਂ ਵੀ ਚੜ੍ਹਨਾ ਬਹੁਤ ਉੱਪਰ, ਜਸ਼ੂ ਜਾਣਾ, ਮੈਂ ਚੜ੍ਹਾਉਂਦਾ ਤੈਨੂੰ। ਸਾਡੇ ਬੱਚੇ ਚੜ੍ਹ ਗਏ ਭਾਈ ਉੱਪਰ, ਦਿਲ ਤਾਂ ਮੇਰਾ ਵੀ ਕਰਦਾ ਉੱਪਰ ਚੜ੍ਹਨ ਨੂੰ, ਕਿਆ ਕਰਾਂ। ਬੰਦ ਹੋ ਗਿਆ ਮਿਊਜ਼ੀਅਮ, 4:30 ਵਜੇ ਤੱਕ ਖੁੱਲ੍ਹਾ ਹੁੰਦਾ, 5:15 ਹੋ ਗਏ ਹੁਣ। ਦੇਖੋ 3 ਕਦੈਨਪੁਰ, ਮੈਂ ਚਲਾਉਂਦਾ ਬਹੁਤ, ਮੈਂ ਲਾਉਂਦਾ। ਕਿੰਨਾ ਸੋਹਣਾ ਬਣਾਇਆ ਯਾਰ, ਆਹ ਬਹੁਤ ਵਧੀਆ ਬਣਾਇਆ। ਉਹ ਤੇ ਫੋਟੋ ਸ਼ੂਟ ਹੋ ਰਿਹਾ ਇੱਕ, ਸਾਡੇ ਬੱਚੇ ਇਹਦੇ ਕੋਲ ਚਲੀ ਗਏ ਹੁਣ। ਕਿੰਨਾ ਸੋਹਣਾ ਮਨਮੋਹਕ ਨਜ਼ਾਰਾ ਇੱਥੇ ਦਾ, ਨੈਸ਼ਨਲ ਪਾਰਕ ਦਾ ਚਾਰੇ ਪਾਸੇ ਨੂੰ। ਸ਼ਾਇਦ ਕੈਮ ਵੀਡੀਓ, ਜਿਹੜਾ ਮੋਬਾਈਲ ਨਾਲ ਵੀਡੀਓ ਬਣਾ ਰਿਹਾ ਉਹਦੇ 'ਚ ਨਾ ਇਹਦੀਆਂ ਚੀਜ਼ਾਂ ਕੈਦ ਹੁੰਦੀਆਂ ਹੋਵੇ, ਪਰ ਜੋ ਅਸੀਂ ਦੇਖ ਰਹੇ ਹਾਂ, ਕਿਆ ਰੱਬ ਦੀ ਕੁਦਰਤ ਆ ਬਈ ਇਹ, ਕਿਆ 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 ਚੀਜ਼ਾਂ ਬਣੀਆਂ ਹੋਈਆਂ ਹੈ ਦੇਖਣ ਵਾਲੀਆਂ। ਕਿੰਨਾ ਸੋਹਣਾ ਉੱਪਰ ਜਿਹੜੀ ਬਰਫ਼ ਸੀ ਪਹਿਲਾਂ ਦੇਖਦੇ ਤੇ, ਉਹ ਪਹਾੜਾਂ ਦੇ ਉੱਤੇ ਵੀ ਫਿਰ ਜਦੋਂ ਸਨੋ ਪੈ ਜਾਂਦੀ ਹੈ, ਉਹਨਾਂ 'ਤੇ ਵੀ ਸਨੋ ਆ ਜਾਂਦੀ ਹੈ, ਉਹ ਨੇਪੀਅਰ ਨੂੰ ਨਿਕਲਦਾ ਰਸਤਾ ਉੱਤੇ ਨੂੰ ਪੈਂਦੇ ਆ। ਇਹ ਥੋੜ੍ਹਾ ਦੇਖਣ 'ਚ ਉਹ ਲੱਗ ਰਿਹਾ ਜਿੱਦਾਂ ਅਮਰੀਕਾ ਅਮਰੀਕਾ ਵਾਲੇ ਸਾਈਡ ਇੱਦਾਂ ਦੇ ਰੋਡ ਆ ਵਿੱਚੇ ਵਿੱਚ ਆਏ, ਨਹੀਂ ਜੰਗਲੇ 'ਚ ਸਿੱਧੇ ਸਿੱਧੇ ਰੋਡ ਆਏ। ਅਮਰੀਕਾ ਦੇ ਕੱਢ ਕੇ ਦੇਖੇ ਜਿਹੜੇ ਟਰੱਕ ਚੱਲਦੇ, ਕੁਛ ਬੰਦੇ ਜਿਹੜੇ ਬਣਾ ਕੇ ਵੀਡੀਓ ਪਾਉਂਦੇ ਆ। ਹੁਣ ਤਾਂ ਇੱਥੇ ਦੇ ਜਿਹੜੇ ਬੱਦਲ ਆ ਨਾ ਉਹ ਬਹੁਤ ਪਿਆਰੇ ਲੱਗਦੇ ਆ, ਜਿੱਦਾਂ ਧਰਤੀ ਨੂੰ ਜਿੱਦਾਂ ਰੋਜ਼ ਹੀ ਉੜੀ ਹੁੰਦੀ ਹੈ, ਧਰਤੀ ਨੂੰ ਛੂਹ ਰਹੇ ਆ, ਬੜੇ ਪਿਆਰੇ ਲੱਗ ਰਹੇ ਆ। ਜੇ ਤੁਹਾਨੂੰ ਪਿਆਰੇ ਲੱਗ ਰਹੇ ਆ ਕਮੈਂਟਾਂ ਜ਼ਰੂਰ ਦੱਸੋ, ਜਿਹੜੇ ਬੱਦਲ ਆ ਧਰਤੀ ਪਰ ਗਿਰ ਜਾਣਾ ਇਹਨਾਂ ਨੇ। ਵਿੱਚ ਪਹਾੜ ਕਾਲੇ ਲੱਗ ਰਹੇ ਆ ਨਾ, ਵਿੱਚੇ ਦੂਜੀ ਵੀ ਆ ਰਹੀ, ਜੋ ਪਰਛਾਵਾਂ ਪੈ ਰਹੇ ਉੱਪਰ, ਜਿਹੜਾ ਪਰਛਾਵਾਂ ਪੈ ਰਹੇ ਆ। ਖੜ ਜਾ ਕੋਲ, ਖੜ ਜਾ, ਵਿਊ ਆ ਗਿਆ। ਕਾਪਰ ਜਾ ਰਹੇ ਟਰੈਕਟਰ ਪਾ ਗੱਡੀ, ਆ ਲਓ ਜੀ ਪੁੱਜ ਗਏ ਅਸੀਂ ਟਾਪੂ, ਕਾਲੇ ਲਿਖਿਆ ਇੱਥੇ ਟਾਪੂ, ਸਮਝ ਆ ਰਹੀ ਸਾਰਾ। ਲੋ ਭਾਈ ਹੁਣ ਇਲਾਕੇ ਦੇ ਹੋਰ ਮੁੰਡੇ ਮਿਲੇ, ਫਿਰ ਉਹਨੇ ਘੜੂਏ ਤੋਂ ਚੂੜ ਮੱਜਰੇ ਤੋਂ, ਇਹ ਵੀ ਡੈਰੀ ਫਾਰਮ ਹੈ। ਅੱਛਾ ਹਾਂਜੀ, ਇਹ ਟਾਪੂ ਹੈ ਤੇ ਭਾਜੀ ਇੱਥੇ ਇੱਥੇ ਰਹਿੰਦੇ ਤੁਸੀਂ? ਹਾਂਜੀ ਇੱਥੇ ਟਾਪੂ ਹੈ। ਠੀਕ ਹੈ ਟਾਪੂ ਤੇ, ਠੀਕ ਹੈ ਠੀਕ ਹੈ, ਪੋਸਟ ਏਰੀਆ ਚ ਰਹਿੰਦੇ ਆ, ਵਧੀਆ ਤੇ ਪੋਸਟ ਏਰੀਆ ਬਹੁਤ ਸੋਹਣਾ ਯਾਰ, ਅਸੀਂ ਪਾਮੀ ਲੰਘੇ ਸੀ ਅੱਗੇ। ਲੋ ਭਾਜੀ ਹੋਰ ਬੰਦਾ ਮਿਲਿਆ ਸਾਡੇ ਇਲਾਕੇ ਦੇ ਜੀ, ਰੋਪੜ ਜ਼ਿਲ੍ਹੇ ਵਾਲੇ, ਬਹੁਤ ਰੋਪੜ ਜ਼ਿਲ੍ਹਾ ਜਿੰਦਾਬਾਦ ਹੈ ਜੀ, ਰੋਪੜ ਇਲਾਕੇ ਦੇ ਸਾਡੇ ਦੇ ਉਹ ਠੀਕ ਠਾਕ ਵੀਰੇ ਹਨ। ਕਿੰਨੇ ਸਾਲ ਹੋ ਗਏ ਇੱਥੇ ਨੂੰ? ਹੋ ਗਏ 10 ਸਾਲ। 10 ਸਾਲ ਹੋ ਗਏ, ਠੀਕ ਹੈ ਠੀਕ ਹੈ ਠੀਕ ਹੈ। ਇੱਥੇ ਇੱਥੇ ਟਾਪੂ ਰਹਿੰਦੇ ਆ, ਕੰਮ ਕੀ ਕਰਦੇ ਆ? ਕੰਮ ਟਾਇਰਾਂ ਦਾ, ਟਾਇਰਾਂ ਦਾ। ਲਓ ਭਾਈ ਹੁਣ ਅਸੀਂ ਮੇਲਾ ਦੇਖਣ ਆ ਗਏ ਫਿਰ, ਇੱਥੇ ਪੂਰਾ ਮੇਲਾ ਭਖਿਆ ਪਿਆ ਇੱਧਰ, ਚੰਡੋਲ ਵਗੈਰਾ ਸਾਰਾ ਕੁਝ, ਚਾਰੇ ਪਾਸੇ ਰੌਣਕਾਂ ਲੱਗੀਆਂ ਪਈਆਂ ਮੇਲੇ ਦੇ ਵਿੱਚ, ਅਤੇ
ਉਧਰ ਸੀਗੇ ਇੱਕ ਨਾ ਗੇਮ ਖੇਡਣ ਲੱਗੇ ਇਹ ਇੱਥੇ ਤੇ ਆ ਬਾਲ ਜਾਣਾ ਇੱਥੇ ਐ ਪਾਉਣੇ ਇਹਦੇ ਵਿੱਚ ਲੈ ਬਈ ਲੈ ਬਈ ਇੱਧਰ ਓਏ ਇੰਨੀ ਤੇਜ਼ ਹੌਲੀ ਹੌਲੀ ਇੱਧਰ ਕਾਫੀ ਗੇਮ ਆ ਬੱਚਿਆਂ ਦੀ ਲੋ ਭਾਈ ਜੈਸਮੀਨ ਪੱਪਾ ਸਿਖਾਊਗਾ ਹਾਂ ਡੱਕ ਲੈ ਲੈ ਕੋਈ ਨਾ ਜਿਹੜਾ ਚੱਕ ਹੁੰਦਾ ਚੱਕਰ ਇੱਕ ਡੱਕ ਇੱਕ ਡੱਕ ਚੱਕਰਾ ਚੱਕਰਾ ਇਹ ਤੇਰੀ ਪੈਂਦੇ ਨਹੀਂ ਵਿਚਾਰੀ ਤੇ ਜਿੱਤ ਲਿਆ ਉੱਪਰ ਤੇ ਕੋਈ ਨਹੀਂ ਫਿਰ ਕਿਉਂ ਕਿ ਕੋਈ ਨਾ ਹੈਲੀਕਾਪਟਰ ਹਾਂ ਵੈਰੀ ਗੁੱਡ ਜਿੱਤ ਗਈ ਜਿੱਤ ਗਈ ਪਿੰਡੇ ਵਿੱਚ ਨਾ ਬਹੁਤ ਲੋਕਾਂ ਨੂੰ ਲਾਲਚ ਦਿੱਤਾ ਹੋਇਆ ਪਰ ਹਾਰਦੇ ਸਾਰੇ ਉਹ ਬਾਲ ਪਾ ਦਿੰਦੇ ਆ ਵੀ ਕਿਹਦੇ ਵਿੱਚ ਜਾਂਦਾ ਉਹ ਫਿਰ ਸਾਹਮਣੇ ਲੱਕੇ ਰੱਖੇ ਹੋਏ ਨਾਲ ਇੱਧਰ ਆਹ ਵੀ ਇੱਕ ਸ਼ਾਰਟ ਇੱਧਰ 100 ਸ਼ਾਰਟ ਆ ਵੀ ਕਾਗਜ਼ ਪਾੜਾ ਨਾ 50 ਰੁਪਏ ਜਿੱਤੂਗੇ ਤੁਸੀਂ ਇੱਥੇ ਲਿਖ ਰਹੇ ਆ ਅਰੇ ਜਿਹੜਾ ਗੋਲੀ ਚਲਾਉਣ ਲੱਗਾ ਵੀਰੇ ਤੇ ਕੋਈ ਉਹ ਦੇਖ ਇੱਧਰ ਫਿਰ ਲਾਲਚ ਦਿੱਤਾ ਹੈਗਾ ਹਾਂ ਉਹ ਰਿੰਗ ਟਾਈਪ ਜਿਹੜੀ ਬੁੱਲ ਆ ਦਿੰਦੇ ਆ ਉਹਨਾਂ ਵਿੱਚ ਪਾਉਣੇ ਆਏ ਇਹ ਨਹੀਂ ਉਹੀ ਚੀਜ਼ ਹੈ ਜਿਹੜੇ ਦੁਸਹਿਰੇ ਜਿਹੜੇ ਇਹ ਵੀ ਉਹੀ ਚੀਜ਼ ਹੈ ਜਿੱਦਾਂ ਨੂੰ ਲੱਗਦਾ ਔਕੜੀ ਆ ਇਸ ਤੋਂ ਬਾਅਦ ਫਿਰ ਇੱਕ ਆਹ ਆਈ ਆ ਬੋਲ ਬੋਲ ਚੱਕ ਪੇਮੈਂਟ ਕਰਨੀ ਪੈਣੀ ਪਹਿਲਾਂ ਬੋਲ ਚੱਕ ਉਹ ਗਲਾਸ ਭੰਨਣੇ ਸਾਹਮਣੇ ਕਾਫੀ ਐਕਟੀਵਿਟੀ ਹੈਗੀ ਇੱਥੇ ਉਹਦੇ ਵਿੱਚ ਨਾ ਫਿਰ ਉਹ ਮੂੰਹ ਚਾਵ ਅੱਟਦੇ ਆ ਕਾਫੀ ਹੈਗਾ ਬਾਈ ਸਾਰਾ ਅਸੀਂ ਮੇਲਾ ਦੇਖ ਲਿਆ ਉਸ ਤੋਂ ਬਾਅਦ ਲਾਸਟ ਵਿੱਚ ਫਿਰ ਖਾਣ ਵਾਸਤੇ ਪ੍ਰਬੰਧ ਕਰਿਆ ਹੋਇਆ ਇੱਥੇ ਆਹ ਲੱਗਿਆ ਇੱਧਰ ਖਾਣ ਵਾਸਤੇ ਵੇਖ ਚਲੋ ਬਾਈ ਉਹ ਕਿ ਉੱਪਰ ਐਕਟੀਵਿਟੀ ਕਿਆ ਉਹ ਉੱਪਰ ਵਾਲੀ ਆ ਦੇਖੀ ਇਹ ਬਾਹਰ ਵੀ ਖਤਰਾ ਕਿਤੇ ਖੁੱਲ੍ਹ ਕੇ ਆਪਣਾ ਇਹਨਾਂ ਉਹਨੇ ਆ ਜਾ ਉਹਨੇ ਆ ਚੱਲ ਬਹਿ ਜਾ ਚੱਲ ਬੈਠ ਚੱਲ ਬਹਿ ਬੈਠ ਜਾ ਕੇ ਦੋਨੇ ਜਣੇ ਬਹਿ ਜਾਓ ਕਹਿੰਦਾ ਮੇਰੇ ਪੱਗ ਬੰਨੀ ਵੀ ਕਹਿੰਦੇ ਮੇਰੇ ਸਿਰ 'ਚ ਪੈ ਜਾਵੇ ਪਮਾ ਬਈ ਪੱਗ ਤੋਂ ਡਰ ਗਿਆ ਆਹ ਤਾਂ ਬਹੁਤ ਜ਼ਬਰਦਸਤ ਹੈ ਡਰ ਤਾਂ ਦੇ ਕਿੱਦਾਂ ਜਿੱਦਾਂ ਮਨ ਤਾਂ ਤੇ ਸਾਰੀ ਨਾ ਅੱਛਾ ਸਲਾਈਡ ਉੱਪਰ ਪਾਣੀ ਪਾਣੀ ਮੈਂ ਕੋ ਛੱਡ ਦੇ ਉੱਪਰ ਤੇ ਉਹ ਛੱਡ ਦੇ ਪਾਣੀ ਫਿਰ ਇੱਥੇ ਥੱਲੇ ਤੱਕ ਆਉਂਦੇ ਵੀਰੇ ਸਾਡਾ ਮੇਲਾ ਐਂਡ ਹੋ ਗਿਆ ਭਾਈ ਇੱਥੇ ਆ ਕੇ ਆਹ ਇੰਨਾ ਕੁ ਮੇਲਾ ਤਾਂ ਇੱਥੇ ਦਾ ਬਹੁਤ ਥੱਕ ਗਏ ਘੁੰਮ ਘੁੰਮ ਕੇ ਤਾਂ ਲਾਸਟ ਵਿੱਚ ਕਹਿੰਦੇ ਇੱਕ ਉੱਥੇ ਫਾਲ ਹੈ ਹੁੱਕਾ ਫਾਲਸ ਉਹ ਪਿੱਛੇ ਲਿਖਿਆ ਹੋਇਆ ਹੁੱਕਾ ਫਾਲਸ ਇਹ ਦੇਖਣ ਆਏ ਆ ਅਤੇ ਇਹ ਤਾਂ ਬਾਈ ਫੋਨਾਂ ਪਰ ਦੋਨੇ ਬੰਦੇ ਲੱਗੇ ਹੋਏ ਆ ਮੈਂ ਹੁਣ ਥੋੜ੍ਹਾ ਮੈਨੂੰ ਗੁੱਸਾ ਜਾ ਰਿਹਾ ਫਿਰ ਵੀ ਹੈ ਮੈਂ ਪੁੱਤ ਬਾਹਰ ਨਹੀਂ ਕੱਢ ਰਿਹਾ ਬੰਦ ਹੋ ਗਿਆ ਅਤੇ ਗੋਲਡ ਗੇਟ ਕਲੋਜ਼ਡ ਹੋ ਗਿਆ 6:30 ਹੋ ਗਏ ਆਪਾਂ ਆਪਾਂ ਟਾਈਮ 7:30 ਹੋ ਚੱਲੇ ਘੰਟਾ ਉਹ ਗੇਟ ਬੰਦ ਹੋਏ ਨੂੰ ਜਾ ਕੇ ਰੈਸਟ ਕਰੀਏ ਆ ਜਾਓ ਵੀ ਘਰ ਦੇ ਵੀ ਆ ਗਏ ਉੱਧਰ ਕਿਆ ਯਾਰ ਬਾਈ ਤੇਜ਼ ਪਾਣੀ ਚੱਲਦਾ ਹਾਂ ਇੱਧਰੋਂ ਆਉਂਦਾ ਪਾਣੀ ਆਹ
ਇੱਦਾਂ ਲੱਗ ਰਿਹਾ ਜਿੱਦਾਂ ਵੀ ਦੁੱਧ ਗਿਰਦਾ ਹੁੰਦਾ ਥੱਲੇ, ਚਿੱਟਾ ਹੋਇਆ ਵੈਨ ਪਾਣੀ, ਬਹੁਤ ਸਪੀਡਾਂ ਪਾਣੀ ਗਿਰ ਰਿਹਾ ਥੱਲੇ, ਬਹੁਤ ਸੋਹਣੀ ਪਾਣੀ ਦੀ ਮਹਿਕ ਜਿਹੀ ਆ ਰਹੀ ਇੱਥੇ ਨੂੰ, ਜਦੋਂ ਪਾਣੀ ਉੱਡ ਰਿਹਾ ਵਿੱਚੋਂ ਭਾਫ਼ ਜੀ ਬਣ ਬਣ ਰਹੀ ਹੈ। ਹੋਰ ਅੱਗੇ ਦੇਖ, ਹੋਰ ਅੱਗੇ ਆ ਜਾਓ, ਇੱਧਰੋਂ ਆ ਜਾਓ, ਆ ਤੁਹਾਡੇ ਫੋਟੋ ਖਿੱਚ ਦਿੰਦਾ ਜੀ, ਆ ਜਾਓ, ਮੈਨੂੰ ਪਤਾ ਫਿਰ ਤੁਸੀਂ ਭੇਜਣੀ, ਮੈਨੂੰ ਦਿਖਾਉਣੀ ਵੀ ਹੋਣੀ ਨਾ। ਆਹ ਹੁਣ ਚਲੋ ਖੜੋ ਇੱਥੇ, ਹੁਣ ਆਹ ਇੱਥੇ ਹੁਣ ਫਿਰ ਦਰਖਤ ਤੱਕ ਖਿੱਚਣੀ ਹੋਣੀ ਹੈਗੀ। ਬਾਈ ਬਹੁਤ ਸੋਹਣਾ ਇੱਥੇ ਦੇ ਗੋਰੇ ਗੋਰੀਆਂ, ਇੰਨੇ ਜਿੱਦਾਂ ਐਂ ਲੱਗਦਾ ਜਿੱਦਾਂ ਰੱਬ ਨੇ ਚੁਣ ਚੁਣ ਕੇ ਬਣਾਏ ਹੁੰਦੇ, ਇੰਨੇ ਸੋਹਣੇ ਵਿੱਚ ਵਿੱਚ ਦਾ ਗੋਰੇ ਆ। ਸਹੀ ਗੱਲ ਆ ਬਾਈ? ਹਾਂ ਬਾਈ ਸਹੀ ਗੱਲ ਆ। ਬਾਕੀ ਪੰਮਾਂ ਦੱਸੋ, ਬਾਕੀ ਪੰਮੇ ਤੂੰ ਦੱਸ। ਹਾਂਜੀ ਬਾਈ, ਮੈਂ ਕਿ ਕੁਦਰਤ ਵਾਲਾ ਜਿਹੜਾ ਪਾਣੀ, ਗੋਰੀਆਂ ਥੋੜੀ ਕੁਦਰਤ ਨੇ ਬਣਾਈਆਂ, ਉਹ ਵੀ ਬਹੁਤ ਸੋਹਣੇ ਆ। ਹਾਂ ਬਾਈ ਉਹ ਵੀ ਕੁਦਰਤ ਨੇ ਬਣਾਈਆਂ। ਹਾਂ ਹਾਂ, ਪਾਣੀ ਵੀ ਦੇਖ ਕੇ ਤੇਜ਼ ਸੀਗਾ ਵਿੱਚ ਵਿੱਚ ਦਾ ਗੋਰੇ, ਇਹਦਾ ਗੋਰੇ ਇੰਨੇ ਸੋਹਣੇ ਲੱਗਦੇ ਆ, ਜਿੱਦਾਂ ਵੀ ਘੜ ਘੜ ਕੇ ਰੱਬ ਨਾ ਆਪ ਜਿੱਦਾਂ ਕਹਿ ਦਈਏ ਆਪਾਂ ਵੀ ਬਣਾਏ, ਕਿੰਨੇ ਸੋਹਣੇ ਜਿੱਦਾਂ ਗੁੱਡੀਆਂ ਜਿਹੀ ਹੁੰਦੀਆਂ, ਚਿੱਟੇ ਵਾਈਟ ਚਿੱਟੇ ਚਿੱਟੇ ਹੈ ਵੀ ਜੋ ਨਾ। ਤੂੰ ਵੀ ਦੱਸ। ਚਲੋ ਹੁਣ ਕਿਤੇ ਹੁਣ ਅੱਗੇ ਦਾ ਪ੍ਰੋਗਰਾਮ ਆ ਪਟਾਰੂ ਬਲੂ ਸਪ੍ਰਿੰਗ ਵਾਟਰ। ਪਹਿਲਾਂ ਬਾਈ ਤੂੰ ਕਮੈਂਟ ਆਉਂਦੇ ਤੇ ਮੇਰੇ ਰਿਸ਼ਤੇਦਾਰ ਨੂੰ ਘੁਮਾਉਂਦਾ ਨਹੀਂ, ਹੁਣ ਘੁਮਾ ਘੁਮਾ ਕੇ ਦੇਖੋ ਹੁਣ ਤੁਸੀਂ ਦੱਸੋ। ਮੈਂ ਛੱਡ ਕੇ ਯਾਰ, ਮੈਂ ਤਾਂ ਕਹਿੰਦਾ ਘਰ ਨੂੰ ਚੱਲ, ਕਹਿੰਦਾ ਬਾਈ ਘਰ ਨੂੰ ਚੱਲੀ, ਮੈਂ ਕਿਹਾ ਹਾਂ ਘਰ ਨੂੰ ਚੱਲਣਾ, ਕਹਿੰਦਾ ਹਲੇ ਨਹੀਂ, ਹਲੇ ਤਾਂ 3 ਕਿਲੋਮੀਟਰ ਹੋਰ ਤੋਰਨਾ ਹੈ ਭਾਵੇਂ। ਪੈਟਰੋਲ ਪੰਪ ਖੜੇ ਆ ਸਾਡੇ ਵੀ ਧਰਮ ਦੀਆਂ ਗੱਲਾਂ ਚੱਲੇ, ਇੱਕ ਇੱਥੇ ਪੈਸੇ ਬਾਅਦ ਚ ਦੇਣੇ ਆ ਨਾ, ਹੈ ਕਿ ਉਹ ਕਿੱਕੀ ਇੱਥੇ ਪੈਸੇ ਬਾਅਦ ਚ ਦੇਣੇ ਆ, ਪਹਿਲਾਂ ਤੇਲ ਪਾਉਣਾ। ਪੰਮੇ ਨੂੰ ਲੱਗੀ ਗਰਮੀ, ਫਿਰ ਪੰਮਾ ਅੱਗੇ ਬਿਠਾ ਲਿਆ। ਹਾਂਜੀ ਹੁਣ ਠੀਕ ਆ ਪੰਮੇ? ਹਾਂਜੀ ਹਾਂ, ਬੂਟ ਬਾਟ ਵੀ ਖੋਲ ਚੱਕ, ਬੜਾ ਲੰਬਾ ਸਫ਼ਰ ਆ, ਚੱਕ ਲਓ ਆਹ ਚਾਰਜਰ ਦੇ ਦੇ ਸਾਰਾ, ਠੀਕ ਆ ਬਸ ਆ ਜਾ। ਥੈਂਕ ਯੂ, ਧੰਨਵਾਦ ਮੇਰਾ ਯਾਰ, ਮਿਲਦੇ ਫਿਰ ਕਿਤੇ ਦੇ ਚ ਨਵੇਂ ਸਾਲ ਨੂੰ। ਹਾਂ ਜ਼ਰੂਰ, ਲੋ ਸਰ ਠੀਕ ਆ ਵੀਰ, ਚੰਗਾ। ਸਾਡਾ ਇੱਕ ਹੋਰ ਪਲਾਨ ਬਣ ਰਿਹਾ, ਉਹ ਦੱਸਾਂਗਾ ਆਉਣ ਵਾਲੇ 1-2 ਦਿਨਾਂ ਦੇ ਵਿੱਚ। ਬਾ ਠੀਕ ਹੈ, ਚੰਗਾ ਰੋਈ ਨਾ, ਠੀਕ ਹੈ ਜੀ, ਰੋਂਦੇ ਨਹੀਂ ਹੈ, ਮਾਹੌਲ ਲੈਜੰਦ ਨਹੀਂ, ਮੈਂ ਰੋਣ ਲੱਗ ਜਾਂਦਾ ਫੇਰ ਤਾਂ ਮੈਂ ਰੋਵਾਂ ਜੇ ਰਹੂੰਗਾ। ਨਹੀਂ ਮਿਲਾਂਗੇ ਜਿੱਤੀ, ਠੀਕ ਹੈ ਠੀਕ ਹੈ, ਕੱਲ ਦੇ 31 ਜਨਵਰੀ ਨੂੰ 31 ਸਮੇਂ ਤੇਰਾ ਲੈ ਕੇ ਜਾਣਾ ਇੱਧਰ। ਆਹ ਬਾ ਠੀਕ ਹੈ ਜੀ, ਤੂੰ ਆਇਆ ਤਾਂ ਮੈਂ ਪੰਮੇ ਨੇ ਮੇਰੇ ਵਾਸਤੇ ਧਵਾਇਆ ਯਾਰ, ਧਵਾਇਆ ਬਾਈ ਵਾਸਤੇ ਧਵਾਇਆ ਤਾਂ, ਤੇ ਫਿਰ ਕੋਈ ਨਾ ਜਦੋਂ ਕਿਹੜਾ ਧੋਤਾ ਹੋਇਆ ਬਈ, ਧੋ ਸਾਰੇ ਖੜਾਇਆ ਤਾਂ, ਕਹਿੰਦਾ ਬਾਈ ਨੂੰ ਬੀਚ ਪਰ ਲੈ ਕੇ ਜਾਣਾ ਘੁਮਾਉਣਾ ਫਰਾਉਣਾ, ਤਾਂ ਇਹ ਸੇਵਾ ਦਾ ਮੌਕਾ ਦਊਂਗਾ ਤੈਨੂੰ ਮੈਂ। ਕੋਈ ਨਹੀਂ ਜੀ, ਜ਼ਰੂਰ ਜ਼ਰੂਰ ਚੱਲੂੰਗੇ ਅਗਲੇ ਪਲਾਨ ਨਾਲ।